ਓਏ ਕੌਡੀ ਮੁੱਲ ਨਹੀਂ ਪੈਂਦੇ ਜੱਗ ਤੇ ਜਿਉਂਦਿਆਂ ਹੱਡਾਂ ਦੇ ਓਏ ਮਰਿਆ ਮਗਰੋਂ ਮੱਥੇ ਮੜੀਆਂ ਉੱਤੇ ਟੇਕਦੇ ਆ ਓਏ ਕੌਡੀ ਖਾਲੀਆਂ ਜਵਾਨੀ ਨਸ਼ੇ ਦੇ ਸਵਾਦ ਨੇ ਓਏ ਧੀਆਂ ਨੂੰ ਆਖਿਆ ਦਾਜ ਦੇ ਰਿਵਾਜ ਨੇ ਚਸਕਾ ਵਿਦੇਸ਼ਾਂ ਦਾ ਪੰਜਾਬ ਖਾ ਗਿਆ ਜਾਣ ਪਰਦੇਸੀ ਵਿੱਚ ਬੈਠ ਡੌਕੀਆਂ ਰਲ ਮੌਤ ਨਾਲ ਸਮੁੰਦਰ ਸਰੀਰ ਖਾ ਗਿਆ ਕਈਆਂ ਦੀਆਂ ਘਰੇ ਲਾਸ਼ਾਂ ਵੀ ਨਹੀਂ ਪਹੁੰਚੀਆਂ ਰਲ ਮੌਤ ਨਾਲ ਸਮੁੰਦਰ ਸਰੀਰ ਮੰਨ ਲੈਂਦੇ ਗੱਲ ਕਿਤੇ ਬਾਪੂ ਦੀ ਪੜ੍ਹ ਲੈਂਦੇ ਅੱਖਰ ਜੇ ਚਾਰ ਓਏ ਹੁੰਦਾ ਕਿਸੇ ਵੱਡੇ ਅਹੁਦੇ ਲੱਗਿਆ ਜਾਂ ਹੋਣਾ ਸੀ ਮੈਂ ਜਹਾਜ਼ ਤੇ ਸਵਾਰ ਓਏ ਉਹ ਪੜ੍ਹ ਲਿਖ ਕਿਹੜਾ ਅਸੀਂ ਡੀਸੀ ਲੱਗਣਾ ਰਹੇ ਐਵੇਂ ਗੱਲੀ ਬਾਤੀ ਸਾਰਦੇ ਹੁਣ ਰੋਨੇ ਆ ਮੱਥੇ ਤੇ ਹੱਥ ਮਾਰ ਕੇ ਉਦੋਂ ਰਹੇ ਅਸੀਂ ਮੌਜਾਂ ਮਾਰਦੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਇੱਕ ਹੋਰ ਨਵੀਂ ਵੀਡੀਓ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ ਸਾਡੇ ਚੈਨਲ 'ਤੇ ਪੰਜਾਬ ਬਾਰੇ ਸਭ ਤੋਂ ਅਲੱਗ ਚੀਜ਼ਾਂ ਵੇਖਦੇ ਹੋ ਚਾਹੇ ਕੋਈ ਉਹ ਪੰਜਾਬ ਦਾ ਸਥਾਨ ਹੋ ਗਿਆ ਚਾਹੇ ਕੋਈ ਪੰਜਾਬ ਦਾ ਸ਼ਖਸ ਹੋ ਗਿਆ ਜਾਂ ਪੰਜਾਬ ਦੀ ਕੋਈ ਚੀਜ਼ ਹੋ ਗਈ ਪੰਜਾਬ ਦੇ ਮੇਲੇ ਹੋ ਗਏ ਪੰਜਾਬ ਦੇ ਕਿਲੇ ਹੋ ਗਏ ਜਾਂ ਕੋਈ ਵੀ ਚੀਜ਼ ਲਾ ਲਓ ਜੋ ਪੰਜਾਬ ਦੇ ਰਿਲੇਟਡ ਹੈ ਤਾਂ ਦੋਸਤੋ ਅਸੀਂ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਕਿ ਦੋਸਤੋ ਜਿਨ੍ਹਾਂ ਕੋਲ ਕਾਪੀਆਂ ਦਾ ਦੇਖੋ ਭੰਡਾਰ ਲੱਗਿਆ ਪਿਆ ਇਹਨਾਂ ਕਾਪੀਆਂ ਵਿੱਚ ਸਿਰਫ ਗੀਤ ਲਿਖੇ ਗਏ ਹਨ ਕੋਈ ਫਾਲਤੂ ਮਾਰੂ ਤਾਰੂ ਹਥਿਆਰਾਂ ਵਾਲੇ ਗੀਤ ਨਹੀਂ ਬਿਲਕੁਲ ਸੱਭਿਆਚਾਰਕ ਗੀਤ ਨੇ ਜੋ ਕਿ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਹਾਂ ਆਪਾਂ ਨੂੰ ਇਸ ਤਰ੍ਹਾਂ ਦਾ ਫੀਲ ਹੁੰਦਾ ਕਿ ਦੋਸਤੋ ਇਹ ਚੀਜ਼ ਮੇਰੇ 'ਤੇ ਲਿਖੀ ਗਈ ਆ ਮੇਰੇ ਪੰਜਾਬ 'ਤੇ ਲਿਖੀ ਗਈ ਆ ਆਓ ਦੋਸਤੋ ਅਸੀਂ ਤੁਹਾਨੂੰ ਹੁਣ ਵਿੱਕੀ ਕੱਕੇਪੁਰ ਜੀ ਨਾਲ ਉਰਫ ਬਿਕਰਮਜੀਤ ਸਿੰਘ ਜੀ ਨਾਲ ਮਿਲਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਹੈ ਵੀਰ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਤੇ ਵੀਰ ਜੀ ਹੁਣ ਜਿਵੇਂ ਕਿ ਤੁਹਾਨੂੰ ਮੈਂ ਦੱਸ ਦਿੰਦਾ ਦੋਸਤੋ ਕਿ ਵੀਰ ਜੀ ਦਾ ਨਾ ਸਟਿੱਕਰਾਂ ਦਾ ਕੰਮ ਆ ਅਤੇ ਵਾਲਪੇਪਰਾਂ ਦਾ ਅਤੇ ਵੀਰ ਗਾਣੇ ਵੀ ਬਹੁਤ ਵਧੀਆ ਲਿਖਦਾ ਵੀਰ ਦਾ ਕੰਮ ਵੀ ਅੱਜ ਬਹੁਤ ਵਧੀਆ ਅਤੇ ਵੀਰ ਗਾਣੇ ਵੀ ਬਹੁਤ ਵਧੀਆ ਲਿਖਦਾ ਅਤੇ ਵੀਰ ਜੀ ਇਹ ਗਾਣਿਆਂ ਦਾ ਲਿਖਣ ਦਾ ਸ਼ੌਂਕ ਤੁਹਾਨੂੰ ਕਿਵੇਂ ਪਿਆ ਵੀਰ ਜੀ ਇਹ ਤਾਂ ਬਚਪਨ ਤੋਂ ਹੀ ਸ਼ੌਂਕ ਹੈ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਤਾਂ ਹੁੰਦਾ ਹੀ ਹੈ ਹਰ ਇੱਕ ਨੂੰ ਹੁੰਦਾ ਅਤੇ ਆਪਾਂ ਨੂੰ ਵੀ ਵੀਰੇ ਲਿਖਣ ਦਾ ਵੀ ਸ਼ੌਂਕ ਹੈ ਅਤੇ ਗਾਉਣ ਦਾ ਵੀ ਬਹੁਤ ਸ਼ੌਂਕ ਅਤੇ ਵੀਰ ਜਿਵੇਂ ਅਸੀਂ ਦੇਖਿਆ ਹੁਣ ਕਿ ਤੁਸੀਂ ਨਾ ਗੱਲਾਂ ਪੂਰੀਆਂ ਪ੍ਰੋ ਪ੍ਰੋ ਕੇ ਲਿਖਦੇ ਹੋ ਇਹ ਤੁਹਾਨੂੰ ਆਈਡੀਆ ਦਿਮਾਗ 'ਚ ਕਿਵੇਂ ਆਉਂਦਾ ਇਹ ਤਾਂ ਐਂ ਜਿਵੇਂ ਹੁਣ ਆਪਾਂ ਵਧੀਆ ਵਧੀਆ ਸਿੰਗਰਾਂ ਨੂੰ ਸੁਣਦੇ ਰਹਿੰਦੇ ਹਾਂ ਹੈ ਨਾ ਆਪਣੇ ਵੀ ਆਈਡਲ ਨੇ ਬਹੁਤ ਵਧੀਆ ਵਧੀਆ ਆਈਡਲ ਨੇ ਆਪਣੇ ਠੀਕ ਹੈ ਜੀ ਉਹਨਾਂ ਨੂੰ ਸੁਣ ਕੇ ਆਪਾਂ ਯਾਰ ਆਪਣੀਆਂ ਗੱਲਾਂ ਜਿਵੇਂ ਕਾਪੀ 'ਤੇ ਲਿਖ ਦਿੰਦੇ ਹਾਂ ਬਸ ਉਹਨਾਂ ਨੂੰ ਸੁਣ ਸੁਣ ਕੇ ਵਧੀਆ ਸੁਣਦੇ ਹਾਂ ਵਧੀਆ ਹੀ ਲਿਖਦੇ ਹਾਂ ਵਧੀਆ ਹੀ ਸੁਣਦੇ ਹਾਂ ਅੱਗੇ ਅਤੇ ਫਿਰ ਕੰਮ ਕਰਦੇ ਕਰਦੇ ਵੀ ਸੋਚ ਲੈਂਦੇ ਹੋ ਗੀਤ ਜਾਂ ਦਿਮਾਗ ਫਰੀ ਹੁੰਦਾ ਉਦੋਂ ਨਹੀਂ ਨਹੀਂ ਕੰਮ ਕਰਦੇ ਕਰਦੇ ਵੀ ਸੋਚੀ ਜਾਂਦੇ ਵੀਰੇ ਕਈ ਵਾਰੀ ਕੰਮ ਕਰਦੇ ਹਾਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਉਹ ਉਵੇਂ ਦਾ ਗਾਣਾ ਸੁੱਝ ਜਾਂਦਾ ਹੈ ਨਾ ਜਿਵੇਂ ਆਪਾਂ ਰਸਤੇ ਜਾ ਰਹੇ ਹਾਂ ਕੋਈ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਹਾਲਾਤ ਜਾਂ ਫਿਰ ਲੋਕਾਂ ਦੇ ਹਾਲਾਤ ਆਪਾਂ ਆਪਣੀ ਕਾਪੀ ਦੇ ਉੱਪਰ ਨੋਟ ਕਰਦੇ ਹਾਂ ਵੀਰੇ ਉਹਨਾਂ ਦੇ ਹੀ ਬਸ ਦੁੱਖ ਦਰਦ ਜਿਵੇਂ ਲਾ ਲਓ ਜਾਂ ਆਪਣੇ ਦੁੱਖ ਦਰਦ ਲਾ ਲਓ ਉਹੀ ਲਿਖਦੇ ਹਾਂ ਠੀਕ ਹੈ ਅਤੇ ਆਪਣਾ ਗਾਣਾ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਜਿਵੇਂ ਮਤਲਬ ਲਾ ਲਓ ਆਪਾਂ ਕੋਈ ਗਲਤ ਹੋਵੇ ਜਾਂ ਫਿਰ ਆਪਾਂ ਆਪਣੇ ਅਕੋਰਡਿੰਗ 100% ਦਿੰਦੇ ਹਾਂ ਠੀਕ ਹੈ ਜੀ ਅਤੇ ਬਾਕੀ ਤੁਸੀਂ ਹੁਣ ਆਏ ਹੋ ਸਾਡੇ ਕੋਲ ਤਾਂ ਸੁਣ ਲਿਓ ਕੁਛ ਤਾਂ ਦੋਸਤੋ ਹੁਣ ਅਸੀਂ ਵੀਰ ਦੀ ਕਲਮ ਤੋਂ ਕੁਛ ਸੁਣਨ ਜਾ ਰਹੇ ਹਾਂ ਵੀਰ ਜਿੰਨਾ ਚੰਗਾ ਲਿਖਦਾ ਉਨਾ ਚੰਗਾ ਗਾਉਂਦਾ ਵੀ ਆ ਦੋਸਤੋ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਤੁਹਾਨੂੰ ਵੀਰ ਦੀ ਲਿਖੀ ਕਲਮ ਤੋਂ ਕੋਈ ਚੀਜ਼ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਕਮੈਂਟ ਜ਼ਰੂਰ ਕਰਨਾ ਅਤੇ ਵੀਰ ਜੇਕਰ ਤੁਹਾਨੂੰ ਲੱਗਦਾ ਕਿ ਵੀਰ ਵਧੀਆ ਲਿਖਦਾ ਤਾਂ ਉਸ ਵੀਡੀਓ ਨੂੰ ਤੁਸੀਂ ਛੱਡ ਕੇ ਜਾ ਸਕਦੇ ਹੋ ਪਰ ਜੇਕਰ ਵੀਰ ਦੀ ਕਲਮ ਤੋਂ ਤੁਹਾਨੂੰ ਚੀਜ਼ ਵਧੀਆ ਲੱਗਦੀ ਹੈ ਤਾਂ ਵੀਰ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਵੀਰ ਅੱਗੇ ਤੱਕ ਪਹੁੰਚ ਸਕੇ ਤਾਂ ਵੀਰ ਜੀ ਸਾਡੇ ਦਰਸ਼ਕਾਂ ਨੂੰ ਕੁਛ ਆਪਣੀ ਕਲਮ ਤੋਂ ਵਧੀਆ ਚੀਜ਼ ਹੀ ਸੁਣਾਓ ਜੋ ਕਿ ਦਰਸ਼ਕਾਂ ਨੂੰ ਪਸੰਦ ਆ ਸਕੇ ਠੀਕ ਹੈ ਵੀਰੇ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਓਏ ਖਾ ਗਈ ਯਾਰ ਕਾਟ ਡੈੱਕ ਸੋਨੀ ਟਾਉਂਦੀ ਓਏ ਸੁਣਦਾ ਨਾ ਦਿਸੇ ਕੋਈ ਵਾਕਮੈਨ ਜੀ ਡੈੱਕਾਂ ਰੀਲਾਂ ਸੀਡੀ ਖਾ ਗਿਆ ਏ ਸੈੱਲ ਫੋਨ ਜੀ ਉਹ ਕੋਠਿਆਂ ਦੇ ਉੱਤੇ ਲੱਗੇ ਸੋਹਣੇ ਲੱਗਦੇ ਸੀ ਉੱਤੇ ਬੈਠੇ ਹੁੰਦੇ ਸੀਗੇ ਚੀਨੇ ਚੀਨੇ ਮਿੱਤਰੋ ਓਏ ਖਾ ਗਈਆਂ ਨੇ ਡਿਸ਼ਾਂ ਅਨਟੀਨੇ ਮਿੱਤਰੋ ਓਏ ਖਾ ਗਈਆਂ ਨੇ ਡਿਸ਼ਾਂ ਅਨਟੀਨੇ ਮਿੱਤਰੋ ਖਾ ਗਈਆਂ ਨੇ ਡਿਸ਼ਾਂ ਅਨਟੀਨੇ ਮਿੱਤਰੋ ਖਾ ਗਈਆਂ ਨੇ ਡਿਸ਼ਾਂ ਅਨਟੀਨੇ ਮਿੱਤਰੋ ਉਹ ਜਿਮੀਦਾਰਾ ਖਾਇਆ ਬੈਂਕਾਂ ਦੇ ਵਿਆਜ ਨੇ ਖਾ ਲਿਆ ਜਵਾਨੀ ਨਸ਼ੇ ਦੇ ਸਵਾਦ ਨੇ ਜਿਮੀਦਾਰਾ ਖਾਇਆ ਬੈਂਕਾਂ ਦੇ ਵਿਆਜ ਨੇ ਖਾ ਲਿਆ ਜਵਾਨੀ ਨਸ਼ੇ ਦੇ ਸਵਾਦ ਨੇ ਓਏ ਧੀਆਂ ਨੂੰ ਆਖਾਇਆ ਦਾਜ ਦੇ ਰਿਵਾਜ ਨੇ ਚਸਕਾ ਵਿਦੇਸ਼ਾਂ ਦਾ ਪੰਜਾਬ ਖਾ ਗਿਆ ਜਾਣ ਪਰਦੇਸੀ ਵਿੱਚ ਬੈਠ ਡੌਕੀਆਂ ਰਲ ਮੌਤ ਨਾਲ ਸਮੁੰਦਰ ਸਰੀਰ ਖਾ ਗਿਆ ਕਈਆਂ ਦੀਆਂ ਘਰੇ ਲਾਸ਼ਾਂ ਵੀ ਨਹੀਂ ਪਹੁੰਚੀਆਂ ਰਲ ਮੌਤ ਨਾਲ ਸਮੁੰਦਰ ਸਰੀਰ ਖਾ ਗਿਆ ਕਈਆਂ ਦੀਆਂ ਘਰੇ ਲਾਸ਼ਾਂ ਵੀ ਨਹੀਂ ਪਹੁੰਚੀਆਂ
ਤਾਂ ਦੋਸਤੋ ਵੀਰ ਦੀ ਕਲਮ 'ਚੋਂ ਕੁਛ ਟੱਪੇ ਜੋ ਕਿ ਵੀਰ ਜੀ ਨੇ ਤੁਹਾਨੂੰ ਸੁਣਾਏ ਜੋ ਕਿ ਆਈ ਹੋਪ ਸੋ ਕਿ ਤੁਹਾਨੂੰ ਪਸੰਦ ਆਏ ਹੋਣਗੇ। ਦੋਸਤੋ ਜੇਕਰ ਪਸੰਦ ਆਏ ਹੋਣ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਠੀਕ ਹੈ, ਅਤੇ ਸ਼ੇਅਰ ਜ਼ਰੂਰ ਕਰਨਾ, ਨਹੀਂ ਤੁਹਾਨੂੰ ਡਿਸਲਾਈਕ ਵਾਲਾ ਬਟਨ ਦਾ ਉਹ ਜ਼ਰੂਰ ਦਬਾ ਦਿਓ। ਜੇਕਰ ਗਾਣਾ ਵਧੀਆ ਲੱਗੇ ਤਾਂ ਵੀ ਦੱਸ ਦਿਓ, ਜੇਕਰ ਮਾੜਾ ਲੱਗੇ ਤਾਂ ਵੀ ਦੱਸ ਦਿਓ ਜੀ। ਹੋਰ ਇਸ ਤੋਂ ਇਲਾਵਾ ਆਪਾਂ ਨੇ ਕਿਸ ਕਿਸ ਚੀਜ਼ 'ਤੇ ਗਾਣੇ ਲਿਖੇ ਪਏ ਨੇ, ਜਿਵੇਂ ਕਿ ਇਹ ਤਾਂ ਹੁਣ ਪੁਰਾਣੇ ਹੈ ਨਾ ਸਮਾਜ 'ਤੇ ਹੋ ਗਿਆ ਜਾਂ ਪੁਰਾਣੀਆਂ ਚੀਜ਼ਾਂ 'ਤੇ ਹੋ ਗਿਆ, ਜਿਵੇਂ ਕਿ ਹੁਣ ਪੁਰਾਣਾ ਹੈ ਨਾ ਜਿਹੜਾ ਪੁਰਾਣਾ ਪੰਜਾਬ ਸੀ ਉਹ ਚੀਜ਼ਾਂ ਹੁਣ ਖਤਮ ਹੋ ਚੁੱਕੀਆਂ ਨੇ, ਜਿਵੇਂ ਕਿ ਐਂਟੀਨਿਆਂ ਬਾਰੇ ਕਿਹਾ ਤੁਸੀਂ ਹੈ ਨਾ, ਡਿਸ਼ਾਂ ਨੇ ਖਾ ਲਈਆਂ। ਜਿਵੇਂ ਆਪਣੇ ਮਾਂ ਬਾਪ ਨੂੰ ਕਹਿੰਦੇ ਨੇ ਵੀ ਪੜ੍ਹ ਲਓ ਹੈ ਨਾ, ਅਤੇ ਆਪਾਂ ਨਹੀਂ ਪੜ੍ਹਦੇ ਜਾਂ ਉਸ ਉਹ ਟਾਈਮ ਹੀ ਅਜਿਹਾ ਹੁੰਦਾ ਵੀ ਆਪਾਂ ਨਹੀਂ ਮੰਨਦੇ ਆਪਣੇ ਮਾਂ ਬਾਪ ਦੀ ਗੱਲ, ਉਸ 'ਤੇ ਵੀ ਆਪਾਂ ਨੇ ਥੋੜ੍ਹਾ ਜਿਹਾ ਲਿਖਣ ਦੀ ਕੋਸ਼ਿਸ਼ ਕਰੀ ਹੈ। ਮੈਨੇ ਆਪਣੇ ਆਪ 'ਤੇ ਹੀ ਲਿਖਿਆ, ਚਲੋ ਲਾ ਲਓ, ਠੀਕ ਹੈ ਜੀ। ਤਾਂ ਵੀਰ ਸਾਡੇ ਦਰਸ਼ਕਾਂ ਵਿੱਚ ਇੱਕ ਵਾਰ ਜ਼ਰੂਰ ਰੂਬਰੂ ਕਰੋ, ਕਿਉਂਕਿ ਦਰਸ਼ਕਾਂ ਨੂੰ ਮੈਨੂੰ ਪਤਾ ਪਿਛਲਾ ਗਾਣਾ ਜ਼ਰੂਰ ਪਸੰਦ ਆਇਆ ਹੋਣਾ, ਤਾਂ ਹੁਣ ਤੱਕ ਇਸ ਵੀਡੀਓ 'ਤੇ ਖੜ੍ਹੇ ਨੇ, ਇਸ ਵੀਡੀਓ ਨੂੰ ਹੁਣ ਤੱਕ ਵਾਚ ਕਰ ਰਹੇ ਨੇ, ਤਾਂ ਹੁਣ ਵੀ ਵੀਰ ਜੀ ਦਰਸ਼ਕਾਂ ਨੂੰ ਕੋਈ ਅਜਿਹੀ ਚੀਜ਼ ਸੁਣਾਉਣਾ ਜੋ ਕਿ ਉਹਨਾਂ ਨੂੰ ਪਸੰਦ ਆਵੇ। ਹੋ ਮੰਨ ਲੈਂਦੇ ਗੱਲ ਕਿਤੇ ਬਾਪੂ ਦੀ, ਪੜ੍ਹ ਲੈਂਦੇ ਅੱਖਰ ਜੇ ਚਾਰ ਹੋਏ, ਹੁੰਦਾ ਕਿਸੇ ਵੱਡੇ ਅਹੁਦੇ ਲੱਗਿਆ ਜਾਂ ਹੋਣਾ ਸੀ ਮੈਂ ਜਹਾਜ਼ 'ਤੇ ਸਵਾਰ ਹੋਏ, ਉਹ ਪੜ੍ਹ ਲਿਖ ਕਿਹੜਾ ਅਸੀਂ DC ਲੱਗਣਾ, ਰਹੇ ਐਵੇਂ ਗੱਲੀ ਬਾਤੀ ਸਾਰਦੇ, ਹੁਣ ਰੋਂਦੇ ਹਾਂ ਮੱਥੇ 'ਤੇ ਹੱਥ ਮਾਰ ਕੇ, ਉਦੋਂ ਰਹੇ ਅਸੀਂ ਮੌਜਾਂ ਮਾਰਦੇ, ਹੁਣ ਰੋਂਦੇ ਹਾਂ ਮੱਥੇ 'ਤੇ ਹੱਥ ਮਾਰ ਕੇ, ਉਦੋਂ ਰਹੇ ਅਸੀਂ ਮੌਜਾਂ ਮਾਰਦੇ, ਹਾਏ ਹੋਏ। ਕਰਕੇ ਪ੍ਰਾਇਮਰੀ ਕਲਾਸ ਮੈਂ ਦਿੱਤਾ ਰਹੇ ਦੇ ਥੈਲੇ ਵਾਲਾ ਚੋਲਾ ਸੁੱਟ ਸੀ, ਹੋ ਐਵੇਂ ਨਹੀਂ ਉਹ ਪੁੱਤਾਵੇ ਤੂੰ ਕਰਨੀ ਪੜ੍ਹਾਈ, ਖਾਧੀ ਬਾਪੂ ਕੋਲੋਂ ਬੜੀ ਵਾਰੀ ਕੁੱਟ ਸੀ, ਐਦਾਂ ਨਹੀਂ ਉਹ ਪੁੱਤਾਵੇ ਤੂੰ ਕਰਨੀ ਪੜ੍ਹਾਈ, ਖਾਧੀ ਬਾਪੂ ਕੋਲੋਂ ਬੜੀ ਵਾਰੀ ਕੁੱਟ ਸੀ, ਹੋਏ ਬਾਪੂ ਰਿਹਾ ਸਾਡੇ ਨਾਲ ਮੱਥੇ ਮਾਰਦਾ, ਰਿਹਾ ਸਾਡੇ ਨਾਲ ਮੱਥੇ ਮਾਰਦਾ, ਖਰੇ ਉਤਰੇ ਨਾ ਉਹਦੇ ਕਿਰਦਾਰ 'ਤੇ, ਹੁਣ ਰੋਂਦੇ ਹਾਂ ਮੱਥੇ 'ਤੇ ਹੱਥ ਮਾਰ ਕੇ, ਉਦੋਂ ਰਹੇ ਅਸੀਂ ਮੌਜਾਂ ਮਾਰਦੇ, ਹੁਣ ਰੋਂਦੇ ਹਾਂ ਮੱਥੇ 'ਤੇ ਹੱਥ ਮਾਰ ਕੇ, ਉਦੋਂ ਰਹੇ ਅਸੀਂ ਮੌਜਾਂ ਮਾਰਦੇ, ਹਾਏ। ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਵੀਰ ਜੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਇਹ ਚੀਜ਼ਾਂ ਤੁਸੀਂ ਕਿਵੇਂ ਬਣਾ ਲੈਂਦੇ ਹੋ, ਜਿਵੇਂ ਕਿ ਇੱਕ ਹਰ ਇੱਕ ਇਨਸਾਨ 'ਤੇ ਜਿਹੜੀ ਵੀ ਤੁਸੀਂ ਆਪਣੇ ਗਾਣੇ 'ਚ ਚੀਜ਼ ਲਿਖੀ ਹੈ, ਚਾਹੇ ਉਹ ਕੋਈ ਵੀ ਗਾਣਾ ਤੁਹਾਡਾ, ਉਹ ਹਰ ਇੱਕ ਇਨਸਾਨ 'ਤੇ ਜੁੜੀ ਹੋਈ ਚੀਜ਼ ਆ, ਇਹ ਤੁਹਾਡੀ ਇੰਨੀ ਸੋਚਣੀ ਕਿਵੇਂ ਆ, ਕਿਉਂਕਿ ਇਹ ਵਧੀਆ ਵਧੀਆ ਜਿਹੜੇ ਆਪਣੇ ਰਾਈਟਰ ਨੇ ਉਹ ਵੀ ਇਹ ਚੀਜ਼ਾਂ ਨਹੀਂ ਕਰ ਸਕਦੇ। ਇਹ ਹੁਣ ਮੈਂ ਜਿਵੇਂ ਲਾ ਲਓ ਯਾਰ ਕੋਈ ਹਾਲਾਤ ਇਹੋ ਜਿਹੇ ਪੈਦਾ ਹੋ ਜਾਂਦੇ ਆ, ਇਹ ਗਾਣਾ ਮੈਂ ਇਹਨਾਂ ਹਾਲਾਤਾਂ 'ਚ ਲਿਖਿਆ ਹੋਇਆ, ਠੀਕ, ਮਤਲਬ ਤੁਹਾਡੇ ਤੋਂ ਹਾਲਾਤ ਬਣ ਗਏ ਸੀ ਜਿਵੇਂ ਰੇਹ ਦੇ ਥੱਲੇ ਵਾਲੇ, ਹੈ ਨਾ, ਸਮਝ ਅੱਜ ਆਉਂਦੀ ਹੈ, ਠੀਕ ਹੈ, ਉਦੋਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਸਮਝ ਅੱਜ ਆਉਂਦੀਆਂ। ਅਤੇ ਵੀਰ ਜੀ ਜਿਵੇਂ ਹੁਣ ਤੁਸੀਂ ਕੰਮ ਕਰਦੇ ਹੋ ਵਾਲਪੇਪਰਾਂ ਦਾ ਅਤੇ ਸਟਿੱਕਰਾਂ ਦਾ, ਅਤੇ ਵਧੀਆ ਚੱਲੀ ਜਾਂਦਾ ਵੀਰੇ ਕੰਮ? ਬਸ ਵੀਰੇ ਚੱਲਦਾ ਹੀ ਆਪਣੇ ਜੋਗਾ, ਕਰੀ ਜਾਂਦੇ ਜਿਵੇਂ ਯਾਰ ਦਿਹਾੜੀ ਮਜ਼ਦੂਰੀ ਹੈ ਤਾਂ, ਠੀਕ ਹੈ ਜੀ, ਬਾ ਆਪਣੇ ਜੋਗਾ ਚੱਲੀ ਜਾਂਦਾ, ਬੱਚੇ ਪਾਲੀ ਜਾਂਦੇ ਵੀਰੇ। ਅੱਛਾ ਅੱਛਾ, ਹਾਂ, ਬਾਕੀ ਮੇਰਾ ਰੱਬ ਦੀ ਪਰਮਾਤਮਾ ਦੀ ਬਹੁਤ ਮੇਰਾ ਕੰਮ ਠੀਕ ਹੈ ਆਪਣਾ, ਬਹੁਤ ਵਧੀਆ। ਤਾਂ ਦੋਸਤੋ ਵੀਰ ਦਾ ਅਸੀਂ ਤੁਹਾਨੂੰ ਨੰਬਰ ਵੀ ਦੇਵਾਂਗੇ ਇਸ ਵੀਡੀਓ ਦੇ ਵਿੱਚ, ਤੁਹਾਨੂੰ ਨੀਚੇ ਵੀਰ ਦਾ ਨੰਬਰ ਵੀ ਸ਼ੋ ਹੋ ਜੂਗਾ, ਜੇਕਰ ਕੋਈ ਪਟਿਆਲੇ ਏਰੀਏ ਜਾਂ ਕਿਤੇ ਵੀ ਵੀਰੇ ਕੋਲ ਏਰੀਏ 'ਚ ਕੰਮ ਹੋਵੇ ਜਾਂ ਵੀਰ ਨੇ ਕੋਈ ਸਟਿੱਕਰ ਲਵਾਉਣਾ ਹੋਵੇ ਜਾਂ ਵਾਲਪੇਪਰ ਘਰਾਂ ਦਾ ਕੰਮ ਹੋਵੇ ਤਾਂ ਵੀਰ ਨਾਲ ਜ਼ਰੂਰ ਸੰਪਰਕ ਕਰਨਾ। ਜੇਕਰ ਵੀਰ ਜੀ ਤੁਸੀਂ ਹੌਸਲਾ ਅਫਜ਼ਾਈ ਕਰਨਾ ਚਾਹੁੰਦੇ ਹੋ ਕਿ ਵੀਰ ਵਧੀਆ ਗਾਣੇ ਲਿਖਦਾ, ਤਾਂ ਵੀਰ ਨੂੰ ਜ਼ਰੂਰ ਕੰਟੈਕਟ ਕਰਿਓ ਜਾਂ ਮੈਸੇਜ ਕਰਿਓ। ਵੀਰ ਜੀ ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੇਰੇ ਵੀ ਮੈਨੂੰ ਆਪਣੇ ਜਾਂ ਦਰਸ਼ਕਾਂ ਦੇ ਪਸੰਦ ਆ ਗਈ ਤਾਂ ਸੁਣਾਓ, ਹੁਣ ਤੁਸੀਂ ਆਪਣੇ ਪਸੰਦ ਦਾ ਸਾਨੂੰ ਕੋਈ ਗੀਤ ਸੁਣਾਓ ਜਿਹੜਾ ਕਿ ਤੁਹਾਨੂੰ ਆਪਣੇ ਦਿਲ ਤੋਂ, ਕਿਉਂਕਿ ਕੋਈ ਫੀਲਿੰਗ ਹੁੰਦੀ ਨਾ, ਹਾਰਟ ਟਚਿੰਗ ਫੀਲਿੰਗ ਹੁੰਦੀ ਆ, ਉਹ ਚੀਜ਼ ਸਾਨੂੰ ਤੁਸੀਂ ਕੋਈ ਸੁਣਾ ਕੇ ਦਿਖਾਓ ਤਾਂ ਕਿ ਜੋ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਵੇ ਉਹ ਚੀਜ਼। ਹਾਂਜੀ ਹਾਂਜੀ ਵੀਰੇ, ਮੈਂ ਇੱਕ ਇਹੋ ਜਿਹੀ ਚੀਜ਼ ਲਿਖੀ ਹੋਈ ਹੈ, ਮਤਲਬ ਇਹੋ ਜਿਹਾ ਦੋ ਲਾਈਨਾਂ ਲਿਖੀਆਂ ਹੋਈਆਂ ਥੋੜ੍ਹੀਆਂ ਜਿਹੀਆਂ ਕਾ ਵੀ, ਮਤਲਬ ਜਿਵੇਂ ਤੁਸੀਂ ਦੇਖਦੇ ਹੀ ਹੋ ਵੀ ਲੋਕ ਨਾ ਮਰਨ ਤੋਂ ਬਾਅਦ ਹੀ ਮੁੱਲ ਪਾਉਂਦੇ ਨੇ ਬੰਦੇ ਦਾ, ਚਾਹੇ ਉਹ ਕਿਸੇ ਵੀ ਖਿੱਤੇ ਵਿੱਚ ਹੈ, ਚਾਹੇ ਉਹ ਗਾਇਕੀ ਵਿੱਚ ਹੈ, ਚਾਹੇ ਉਹ ਮਤਲਬ ਪੰਜਾਬ ਦਾ ਕੋਈ ਉੱਘਾ ਰਾਜਨੀਤਿਕ ਲੀਡਰ ਹੈ ਜਾਂ ਕੁਛ ਵੀ ਲਾ ਲਓ ਉਹ ਨਾ, ਜਾਂ ਫਿਰ ਕੋਈ ਸਮਾਜ ਸੇਵੀ ਹੈ, ਵੀ ਮਤਲਬ ਉਹ ਜਿਉਂਦੇ ਜੀ ਉਹਦਾ ਕੋਈ ਮੁੱਲ ਨਹੀਂ, ਮਰਨ ਤੋਂ ਬਾਅਦ ਸਾਰੇ ਮੁੱਲ ਪਾ ਲੈਂਦੇ। ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਬਾਈ ਚਮਕੀਲਾ, ਠੀਕ ਹੈ, ਬਹੁਤ ਮਸ਼ਹੂਰ ਸੀ, ਹੈ ਨਾ, ਉਦੋਂ ਕਿਸੇ ਨੇ ਉਹਦਾ ਮੁੱਲ ਨਹੀਂ ਪਾਇਆ, ਮੈਂ ਉਹਨੂੰ ਆਪਣੇ ਗੀਤ ਰਾਹੀਂ ਪੇਸ਼ ਕਰਨ ਜਾ ਰਿਹਾ। ਜ਼ਰੂਰ ਜੀ ਜ਼ਰੂਰ। ਹਾਂਜੀ, ਉਹ ਬੇਸ਼ੱਕ ਮਾੜਾ ਦੌਰ ਰਿਹਾ ਚਮਕੀਲੇ ਦਾ, ਅੱਜ ਕਾਰਨ ਬਣਿਆ ਕਈਆਂ ਦੇ ਰੋਟੀ ਦੇ ਹਿੱਲੇ ਦਾ, ਹੋਏ ਅੱਜ ਕਾਰਨ ਬਣਿਆ ਕਈਆਂ ਦੇ ਰੋਟੀ ਦੇ ਹਿੱਲੇ ਦਾ, ਹੋਏ ਉਸ ਟਾਈਮ ਤਾਂ ਕਹਿੰਦੇ ਸੀ ਮਾੜਾ ਗਾਉਂਦਾ ਏ,
ਉਹਦੇ ਗਾਣਿਆਂ ਵਿੱਚੋਂ ਗਾਇਕ ਅੱਜ ਦੇ ਫੇਮ ਦੇਖਦੇ ਆ ਓਏ ਕਬਦੀ ਮੁੱਲ ਨਹੀਂ ਪੈਂਦੇ ਜੱਗ ਤੇ ਜਿਉਂਦਿਆਂ ਹੱਡਾਂ ਦੇ ਓਏ ਮਰਿਆਂ ਮਗਰੋਂ ਮੱਥੇ ਮੜੀਆਂ ਉੱਤੇ ਟੇਕਦੇ ਆ ਓਏ ਕਬਦੀ ਮੁੱਲ ਨਹੀਂ ਪੈਂਦੇ ਜੱਗ ਤੇ ਜਿਉਂਦਿਆਂ ਹੱਡਾਂ ਦੇ ਓਏ ਮਰਿਆਂ ਮਗਰੋਂ ਮੱਥੇ ਮੜੀਆਂ ਉੱਤੇ ਟੇਕਦੇ ਆ ਓ ਜਿਉਂਦੇ ਜੀ ਤਾਂ ਸਿੱਧੂ ਆ ਤੇਰੀ ਸੋਚ ਨੂੰ ਮਾੜਾ ਦੱਸਦੇ ਸੀ ਇਹ ਉਹੀ ਲੋਕ ਨੇ ਦੀਪ ਸਿਆਂ ਜੋ ਸਰਟੀਫਿਕੇਟ ਗਦਾਰੀ ਦੇ ਕੱਟਦੇ ਸੀ ਓਏ ਮਰ ਕੇ ਰੋਸ਼ਨ ਹੋ ਗਈ ਤੇਰੀ ਜ਼ਿੰਦਗੀ ਕਾਲੀ ਹੋ ਮਰ ਕੇ ਰੋਸ਼ਨ ਹੋ ਗਈ ਤੇਰੀ ਜ਼ਿੰਦਗੀ ਕਾਲੀ ਸੀ ਕੀ ਕਰੀਏ ਸਭ ਘਾਰੇ ਰੱਬ ਦੇ ਲਿਖੇ ਲਿਖਦੇ ਆ ਹੋਏ ਕੌਡੀ ਮੁੱਲ ਨਹੀਂ ਪੈਂਦੇ ਜੱਗ ਤੇ ਜਿਉਂਦਿਆਂ ਹੱਡਾਂ ਦੇ ਹੋਏ ਮਰਿਆਂ ਮਗਰੋਂ ਮੱਥੇ ਮੜੀਆਂ ਉੱਤੇ ਟੇਕਦੇ ਆ ਹੋਏ ਕੌਡੀ ਮੁੱਲ ਨਹੀਂ ਪੈਂਦੇ ਜੱਗ ਤੇ ਜਿਉਂਦਿਆਂ ਹੱਡਾਂ ਦੇ ਮਰਿਆਂ ਮਗਰੋਂ ਮੱਥੇ ਮੜੀਆਂ ਉੱਤੇ ਟੇਕਦੇ ਆ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਕਿ ਤੁਸੀਂ ਸਾਡੇ ਚੈਨਲ 'ਤੇ ਅਜਿਹੀਆਂ ਪੰਜਾਬ ਦੀਆਂ ਸ਼ਖਸੀਅਤਾਂ ਦੇਖਦੇ ਹੋ ਜੋ ਕਿ ਜਾਂ ਕਿਸੇ ਵੀ ਫੀਲਡ ਵਿੱਚ ਹੁੰਦੀਆਂ ਹਨ ਜੇ ਬਹੁਤ ਵਧੀਆ ਉਹਨਾਂ ਦੀ ਲਿਖਣੀ ਹੁੰਦੀ ਹੈ ਜਾਂ ਕੋਈ ਸਥਾਨ ਹੁੰਦਾ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਨੀਚੇ ਦਵੇ ਰਹਿ ਜਾਂਦਾ ਜੇ ਵੀਰ ਦਾ ਗਾਣਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਰ ਨੂੰ ਜ਼ਰੂਰ ਸਪੋਰਟ ਕਰਨੀ ਹੈ ਜੀ ਅਤੇ ਵੀਰ ਨੂੰ ਘੱਟੋ ਘੱਟ ਹੌਸਲਾ ਹੋ ਸਕੇ ਕਿ ਲਿਖਣ ਦੇ ਨਾਲ ਨਾਲ ਵੀਰ ਦੀ ਗਾਇਕੀ ਵੀ ਬਹੁਤ ਵਧੀਆ ਅਤੇ ਵੀਰ ਲਿਖਦਾ ਤਾਂ ਬਾ ਕਮਾਲੀ ਆ ਅਤੇ ਗਾਉਂਦਾ ਵੀ ਆ ਅਤੇ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਾਕੀ ਤੁਸੀਂ ਵਿੱਕੀ ਵੀਰ ਜੀ ਤੋਂ ਵਿੱਕੀ ਵੀਰ ਤੁਹਾਡੇ ਅੱਗੇ ਕੀ ਕਹਿਣਾ ਚਾਹੁੰਦਾ ਕਿਉਂਕਿ ਦੋਸਤੋ ਅਸੀਂ ਤਾਂ ਤੁਹਾਨੂੰ ਕਹਾਂਗੇ ਵੀਰ ਦੀ ਸਪੋਰਟ ਕਰੋ ਤੁਸੀਂ ਵਿੱਕੀ ਵੀਰ ਤੋਂ ਵੀ ਜਾਣੋ ਕਿ ਵਿੱਕੀ ਵੀਰ ਕੀ ਕਹਿਣਾ ਚਾਹੁੰਦਾ ਆਪਣੇ ਬਾਰੇ ਹਾਂਜੀ ਹਾਂਜੀ ਵੀਰੇ ਮੈਂ ਇਹੀ ਕਹਿਣਾ ਚਾਹਾਂਗਾ ਕਿਉਂਕਿ ਯਾਰ ਦੇਖੋ ਟੈਲੈਂਟ ਆਪਣਾ ਆਪਣਾ ਹੁੰਦਾ ਹੈ ਨਾ ਕੋਈ ਕਿਵੇਂ ਦਾ ਟੈਲੈਂਟ ਰੱਖਦਾ ਕੋਈ ਕਿਵੇਂ ਦਾ ਟੈਲੈਂਟ ਰੱਖਦਾ ਅਤੇ ਟੈਲੈਂਟ ਦੱਬਿਆ ਨਹੀਂ ਰਹਿਣਾ ਚਾਹੀਦਾ ਸੋ ਮੈਂ ਹੁਣ ਤੱਕ ਚਲੋ ਗੁੰਮਨਾਮ ਹੀ ਰਿਹਾ ਅੱਜ ਤੱਕ ਮਤਲਬ ਕੋਈ ਆਪਾਂ ਨੇ ਇਹੋ ਜਿਹਾ ਕੁਛ ਉਹ ਨਹੀਂ ਕਰਿਆ ਹੈਗਾ ਨਾ ਆਪਾਂ ਫੇਸਬੁੱਕ 'ਤੇ ਤਾਂ ਕੁਛ ਪਾਇਆ ਅਤੇ ਨਾ ਹੀ ਮਤਲਬ ਕਿਸੇ ਬਾਹਰ ਕੋਈ ਗੱਲਬਾਤ ਜਿਵੇਂ ਲਾ ਲਓ ਗਾਣਾ ਗਾਇਆ ਕਿਸੇ ਕੋਲ ਅਤੇ ਅੱਜ ਵੀਰ ਜੀ ਸਾਡੇ ਕੋਲ ਆਏ ਸੀ ਅਤੇ ਇਹਨਾਂ ਕੋਲ ਹੀ ਆਪਾਂ ਨੇ ਸਭ ਕੁਛ ਕਰਿਆ ਤੁਸੀਂ ਜੇ ਤੁਹਾਨੂੰ ਪਸੰਦ ਆਵੇ ਠੀਕ ਹੈ ਤਾਂ ਵੀਰੇ ਤਾਂ ਹੀ ਸ਼ੇਅਰ ਕਰਨਾ ਠੀਕ ਹੈ ਨਾ ਅਤੇ ਬਾਕੀ ਤੁਹਾਡੇ 'ਤੇ ਆ ਵੀਰੇ ਤੁਸੀਂ ਪਸੰਦ ਕਰਦੇ ਹੋ ਜਾਂ ਕਿਵੇਂ ਆਪਾਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਠੀਕ ਹੈ ਨਾ ਜੀ ਅਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਵੀਰੇ ਤਾਂ ਵਿੱਕੀ ਵੀਰ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰ ਰਹੇ ਤੁਸੀਂ ਆਪਣੇ ਇੰਨੇ ਹੈ ਨਾ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਕੀਮਤੀ ਸਮਾਂ ਕੱਢਿਆ ਸਾਨੂੰ ਆਪਣੇ ਕੀਮਤੀ ਸਮੇਂ 'ਚੋਂ 10 ਮਿੰਟ ਦਿੱਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਦੋਸਤੋ ਤੁਸੀਂ ਵੀਰ ਨੂੰ ਜ਼ਰੂਰ ਸਪੋਰਟ ਕਰਨੀ ਆ ਅਤੇ ਨੀਚੇ ਦਿੱਤੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਅਤੇ ਮਿਲਦੇ ਹਾਂ ਇੱਕ ਹੋਰ ਸ਼ਖਸੀਅਤ ਨਾਲ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ।